ਤੇ ਮੈਨੂੰ ਮੇਰੇ ਘਰ ਨੂੰ ਹਿੰਦੁਸਤਾਨ ਪਹੁੰਚਾ ਦਿਓ। ਰੋ ਰੋ ਕੇ ਅਰਜ਼ ਕਰਦਾ, ਜੋ ਦਿਲ ਸੇ ਨਿਕਲਤੀ ਹੈ ਅਸ਼ਕ ਕਰਤੀ ਹੈ, ਪਰ ਨਹੀਂ ਤਾਕਤੇ ਪਰਵਾਹ ਮਦਦ ਕਰਤੀ ਹੈ। ਕਦੇ ਪਿਛਲੀ ਰਾਤੀ ਰੋ ਕੇ ਵੇਖੀ, ਮਾਹੀ ਨੂੰ ਬਣਾ ਕੇ ਵੇਖੀ, ਹਾਂਜੀ ਦੋ ਇੰਜੀ ਕਾਫੀ ਨੇ, ਪਰ ਨਿਕਲਣਾ ਇੱਥੋਂ ਉੱਤੋਂ ਨਹੀਂ, ਇੱਥੋਂ ਨਿਕਲਣ। ਅੱਜ ਰੱਬ ਨਾਲ ਗੱਲਾਂ ਕਰਿਆ ਕਰੋ। ਉਹ ਦਰਵੇਸ਼ ਕਿਹਦੇ ਗਏ ਜਿਹੜੇ ਪਿਛਲੀ ਰਾਤੋਂ ਉੱਠਦੇ ਸਨ, ਕਿਹਦੇ ਚਲੇ ਗਏ ਨੇ? ਕੁਛ ਜਾਗੋ, ਹੋਸ਼ ਕਰੋ। ਮੈਨੂੰ ਲਾਲ ਕਿਸ਼ਨ ਦਾ ਵਾਕਿਆ ਯਾਦ ਆ ਰਿਹਾ। ਵਾਇਸਰਾਏ ਹਿੰਦ ਬਣ ਕੇ ਜਦੋਂ ਹਿੰਦੁਸਤਾਨ ਆਇਆ ਨਹੀਂ, ਬੜਾ ਤਾਰੀਖੀ ਵਾਕਿਆ ਜੀ। ਈਸਾਈ ਸੀ, ਫਰੰਗੀ ਸੀ, ਤੇ ਵਾਇਸਰਾਏ ਨੂੰ ਬੜੀ ਵੱਡੀ ਪਾਵਰ ਸੀ। ਉਸ ਉੱਤੇ ਪਾਵਰ ਹੀ ਕੋਈ ਨਹੀਂ ਸੀ। ਉਹਨੂੰ ਬੜਾ ਸ਼ੌਕ ਸੀ ਮੁਗਲੀਆ ਇਮਾਰਤ ਵੇਖਣ ਦਾ। ਉਹਨੇ ਹੁਕਮ ਜਾਰੀ ਕੀਤਾ ਕਿ ਬਾਦ ਸਿੰਘ ਮਸਜਿਦ ਜਾਮਿਆ ਮਸਜਿਦ ਦਿੱਲੀ ਵੇਖਣਾ ਚਾਹੁੰਦਾ। ਮਸਜਿਦ ਵੇਖਣ ਵਾਸਤੇ ਈਸਾਈ ਆ ਗਏ। ਵਾਇਸਰਾਏ ਜੀ ਸੀ, ਉਹਨਾਂ ਨੂੰ ਕੀ ਪਤਾ ਵਾਇਸਰਾਏ ਕੌਣ ਹੁੰਦਾ? ਐਵੇਂ ਸਮਝ ਲਓ ਗਵਰਨਰ। ਉੱਥੇ ਦੇ ਕੋਈ ਫਕੀਰ ਮੰਗਣ ਵਾਲਾ ਵਿਕਾਰੀ ਬੈਠਾ ਸੀ ਮਸਜਿਦ ਦੀ ਪੌੜੀਆਂ ਤੇ। ਉਹਨੇ ਸਦਾ ਕੀਤੀ, ਸਵਾਲ ਕੀਤਾ। ਉਹ ਫਰੰਗੀ ਨੇ ਆਪਦਾ ਪਰਸ ਕੱਢਿਆ, ਤੋਂ ਵਿੱਚ ਕੁਛ ਪੈਸੇ ਉਹਨੂੰ ਦਿੱਤੇ, ਬਾਕੀ ਉਹ ਜੇਬ 'ਚ ਪਾਉਣ ਲੱਗਿਆ ਨਾ। ਜਿਸ ਉਹ ਪਰਸ ਜੇਬ 'ਚ ਨਾ ਪਿਆ ਤਾਂ ਕਿਤੇ ਥੱਲੇ ਡਿੱਗ ਪਏ। ਉਹ ਯਾਰ ਡਿੱਗਿਆ ਵਾਲਾ ਤਾਂ ਉਹਦੇ ਕੋਲ ਕੱਪੜਾ ਸੀ ਮੰਗਣ ਵਾਲੇ ਕੋਲ, ਉਹਨੇ ਫਟਾਫਟ ਉੱਤੇ ਕੱਪੜਾ ਦੇ ਦਿੱਤਾ। ਕਿਸੇ ਨੂੰ ਪਤਾ ਨਾ ਲੱਗੇ ਵੀ ਪਰਸ ਡਿੱਗੇ। ਖੈਰ ਉਹ ਤਾਂ ਅੰਦਰ ਚਲਾ ਗਿਆ, ਉਹਨੇ ਜਾ ਕੇ ਮਸਜਿਦ ਵੇਖੀ, ਉਹਨੇ ਪਰਸ ਜੇਬ 'ਚ ਪਾ ਲਿਆ, ਘਰ ਚਲਾ ਗਿਆ। ਘਰ ਜਾ ਕੇ ਉੱਥੇ ਹਜ਼ਾਰਾਂ ਰੁਪਏ ਸਨ ਉਸ ਵਕਤ ਦੇ। ਉਹ ਕਿਸੇ ਨੂੰ ਵਿਖਾਇਆ, ਉਸ ਉੱਤੇ ਉਸ ਫਰੰਗੀ ਦਾ ਨਾਮ ਵੀ ਲਿਖਿਆ ਹੋਵੇ, ਈਸਾਈ ਦਾ, ਵਾਇਸਰਾਏ ਹਿੰਦ ਦਾ ਨਾਮ ਵੀ ਲਿਖਿਆ ਹੋਵੇ। ਕਿਸੇ ਬੰਦੇ ਨੂੰ ਆਦੇ ਨੂੰ ਕਿਸੇ ਨੂੰ ਵਾਇਸ ਹੋਣਾ, ਤਾਂ ਯਾਰ ਇਹ ਤਾਂ ਈਸਾਈ ਦਾ ਪਰਸ ਹੈ, ਵਾਇਸਰਾਏ ਹਿੰਦ ਦਾ, ਉਹ ਤਾਂ ਫਰੰਗੀ ਹੈ। ਉਹਨੇ ਉਵੇਂ ਹੀ ਪਰਸ ਰੱਖ ਲਿਆ ਵੀ ਇਹਦੇ 'ਚੋਂ ਨਾ ਪੈਸਾ ਕੱਢਣਾ ਅਤੇ ਨਾ ਕੋਈ ਚੀਜ਼ ਕੱਢਣੀ। ਵਾਇਸਰਾਏ ਹਿੰਦ ਵਾਪਸ ਗਿਆ ਤਾਂ ਉਹਦੀ ਬੇਗਮ ਬੇਗਮ ਨੂੰ ਜਾ ਕੇ ਉਹਨੇ ਦੱਸਿਆ ਕਿ ਮੈਂ ਜਿਸ ਤਰ੍ਹਾਂ ਮੁਗਲੀਆ ਬਹੁਤ ਅੱਛੀਆਂ ਮਹਾਰਾਤ ਨੇ। ਉਹਦੀ ਬੇਗਮ ਨੇ ਵੀ ਖਾਸ ਗੱਲ ਕੀਤੀ ਕਿ ਮੈਂ ਵੀ ਵੇਖਣਾ ਚਾਹੁੰਦੀ ਹਾਂ। ਉਹਦੀ ਬੇਗਮ ਵੀ ਵੇਖਣ ਵਾਸਤੇ ਆ ਗਈ ਅਗਲੇ ਦਿਨ। ਹੁਣ ਉਸ ਮੰਗਣ ਵਾਲੇ ਫਕੀਰ ਨੂੰ ਪਤਾ ਲੱਗਿਆ ਕਿ ਅੱਜ ਫਿਰ ਉਹ ਆ ਰਿਹਾ ਬਾਸੇ ਮਸਜਿਦ। ਉਹ ਮੰਗਦਾ ਉੱਥੇ ਹੀ ਸੀ, ਕਿਉਂਕਿ ਸਾਰਾ ਮਹੱਲਾ ਜਾਮਿਆ ਮਸਜਿਦ ਕਰਾਂ ਤਾਂ ਮੈਂ ਵੀ ਦੇਖ ਹੀ ਗਿਆ। ਉਹ ਸਾਰੇ ਮੁਸਲਮਾਨ ਹੀ ਰਹਿੰਦੇ ਨੇ ਉਸ ਮਹੱਲੇ ਦੇ ਵਿੱਚ। ਹੁਣ ਉਹ ਮੇਰੀ ਮਸਜਿਦ 'ਤੇ ਬੈਠਿਆ ਅਤੇ ਉੱਥੇ ਫਿਰ ਵਾਇਸਰਾਏ ਦੁਬਾਰਾ ਜੀ ਲਿਆ ਜਾਣ, ਅਤੇ ਉਹ ਵਾਇਸਰਾਏ ਨੇ ਫਿਰ ਦੁਬਾਰਾ ਉਸਨੂੰ ਕੁਝ ਪੈਸੇ ਦਿੱਤੇ। ਉਹਨੇ ਬਟੂਆ ਦੇ ਵਿੱਚ ਕੱਢਿਆ ਤਾਂ ਉਹਨੂੰ ਕਹਿ ਲੱਗੇ ਕਿ ਤੁਹਾਡਾ ਬਟੂਆ ਘਰ ਡਿੱਗਿਆ ਪਿਆ ਸੀ, ਤੁਹਾਡਾ ਬਟੂਆ ਲੈ ਲਓ। ਡਿੱਗਿਆ ਪਿਆ ਸੀ, ਮੈਂ ਚੁੱਕ ਲਿਆ, ਇਹਦਾ ਬਟੂਆ ਵਾਪਸ ਲੈ ਲਓ। ਗੱਲ ਗੌਰ ਨਾਲ ਸੁਣਿਆ ਜੀ, ਉਹਨੇ ਵਾਇਸਰਾਏ ਹਿੰਦ ਨੇ ਬਟੂਆ ਖੋਲਿਆ ਅਤੇ ਵਿੱਚ ਪੈਸੇ ਕਾਫੀ ਸਾਰੇ ਸਨ। ਉਹਨੇ ਕੋਈ ਨਹੀਂ, ਕਾਫੀ ਸਾਰੇ ਪੈਸੇ ਸਨ। ਉਹਨੇ ਕਿਹਾ ਜੀ ਮੈਂ ਖੋਲਿਆ ਸੀ, ਵੇਖਿਆ ਸੀ, ਕਾਫੀ ਪੈਸੇ ਸਨ, ਤੁਸੀਂ ਆਪਦਾ ਚੈੱਕ ਕਰ ਲਓ, ਤੁਹਾਡੇ ਉਵੇਂ ਹੀ ਪੈਸੇ ਨੇ। ਉਹਨੇ ਆਖਿਆ ਹੈਗਾ ਤੂੰ ਮੰਗਣ ਵਾਲਾ, ਤੈਨੂੰ ਮੇਰਾ ਬਟੂਆ ਮਿਲ ਗਿਆ ਸੀ, ਹਜ਼ਾਰ ਵਾਲ ਪੈਸੇ ਤੈਨੂੰ ਮਿਲ ਗਏ ਸਨ, ਫਿਰ ਤੂੰ ਇਸਤੇਮਾਲ ਕਰੇਗਾ, ਸਾਨੂੰ ਕੀ ਪਤਾ ਤੁਸੀਂ ਕੌਣ ਚੁੱਕ ਕੇ ਲੈ ਗਏ ਆ। ਤੇ ਰੋ ਪਿਆ, ਰੋ ਪਿਆ। ਸ਼ਾਹ ਜੀ ਕਹਿੰਦੇ ਤੂੰ ਮੰਨਣ ਵਾਲਾ ਹਜ਼ਰਤ ਈਸਾ ਨਬੀ ਦਾ, ਮੇਰੇ ਕਾਗਜ਼ ਗੁੰਮ ਹੋ ਗਏ, ਮਿਹਰਬਾਨੀ ਕਰ ਹੱਜ ਕਰ ਲਿਆ, ਤੇਰੀ ਜ਼ਿਆਰਤ ਵੀ ਹੋ ਗਈ ਰੋਦੇ ਪਾਕ ਦੀ,
ਮੈਨੂੰ ਘਰ ਮੇਰੇ ਘਰ ਹਿੰਦੁਸਤਾਨ ਪਹੁੰਚਾ ਦਿਓ। ਕਿੱਥੇ ਮਦੀਨਾ ਸ਼ਰੀਫ, ਕਿੱਥੇ ਹਿੰਦੁਸਤਾਨ। ਖੈਰ ਦੁਆ ਤੋਂ ਮੰਗ ਕੇ ਆ ਗਿਆ, ਰਾਤੀ ਸੁੱਤਾ ਤੇ ਖਾ ਵਿੱਚ ਹਜ਼ੂਰ ਕਮਲੀ ਵਾਲੇ ਆਕਾ ਅੱਲਾ ਕਰੇ ਆਪਣੇ ਜੋ ਕਿਸੇ ਦਾ ਮੁਕੰਦਰ ਚੁੱਕ ਗਏ। ਝਾੜੂ ਤੋਂ ਫੇਰ ਫਿਰ ਵਿਖੀ ਆਉਂਦਾ ਗਰੀਬ ਖਾਬਿਸ਼ ਮਿਲੇ। ਆਪਣੇ ਫਰਮਾਇਆ ਬੇਲੀਆ ਕੱਲ ਰੋਂਦਾ ਰਹੇ, ਤੇਰਾ ਪਰਸ ਪੁਰਸ ਪੈਸੇ ਪੁਸੇ ਗੁੰਮ ਹੋ ਗਏ। ਉਹਨਾਂ ਕਿਹਾ ਜੀ ਹਿੰਦੁਸਤਾਨ ਜਾਣਾ ਚਾਹੁੰਦੇ ਆਨੇ ਘਰ। ਉਹਨਾਂ ਕਿਹਾ ਜੀ ਫਰਮਾਇਆ ਸਾਡਾ ਇੱਕ ਦਰਵੇਸ਼ ਆਇਆ ਹੋਏ, ਅੱਜ ਦੇ ਉਹਦਾ ਨਾਂ ਹੀ ਮੁਹੰਮਦ ਅਕਬਰ। ਮੇਰੇ ਕਮਲੀ ਵਾਲੇ ਆਕਾ ਫਰਮਾਇਆ ਸਾਡਾ ਇੱਕ ਦਰਵੇਸ਼ ਆਇਆ ਹੀ ਤੇ ਉਹਦਾ ਨਾਂ ਹੀ ਮੁਹੰਮਦ ਅਕਬਰ। ਤੂੰ ਵੀ ਹਿੰਦੁਸਤਾਨ ਤੋਂ ਹੈ ਤੇ ਉਹ ਵੀ ਹਿੰਦੁਸਤਾਨ ਤੋਂ ਆਏ ਨੀ, ਤੇ ਹੁਣ ਬਾਲ ਤੂੰ ਆਪ ਲੈ ਤੇ ਉਹਨਾਂ ਨੂੰ ਮੇਰਾ ਸਲਾਮ ਵੀ ਦੇਵੀ ਤੇ ਨਾਲੇ ਪੈਗਾਮ ਦੇਵੀ, ਤੈਨੂੰ ਤੇਰੇ ਘਰ ਹਿੰਦੁਸਤਾਨ ਪਹੁੰਚਾ ਦੇ। ਅੱਖ ਖੁੱਲ ਗਈ, ਅੱਖ ਲਾਈ ਜਦੋਂ ਵੀ ਤੇਰੇ ਨਾਲ ਅੱਖ ਲਾਵਾਂ ਅੱਖ ਨਾ ਲਗੇ। ਅੱਖ ਲਾਈ ਜਦੋਂ ਦੀ ਤੇਰੇ ਨਾਲ ਮੈਂ ਅੱਖ ਲਾਵਾਂ ਤੇ ਅੱਖ ਨਾ ਲਗੇ। ਅੱਲਾ ਕਰੇ ਇਹੋ ਜਿਹੀ ਲੱਗੇ, ਇਹੋ ਜਿਹੀ ਅੱਖ ਲੱਗੇ ਬਾਈ। ਕਿਸ ਦਿਨ ਦੀਆਂ ਅੱਖੀਆਂ ਮਿਟਾ।
مسیحا مگر یہاں ایک شخص مر گیا ہے تجھے دیکھنے کے بعد ایک شخص مر گیا سبحان اللہ
ਉਹਨਾਂ ਕਹੇ ਸਿਰ ਦਿੱਤੇ ਆ ਜੇ ਮਾਹੀ ਮਿਲ ਜਾਵੇ ਆ ਤੇ ਸੌਦਾ ਸਮਝ ਸਵਾਲ ਲੜਾਏ ਕਿਆ ਬਾਤ ਹੈ ਜੀ ਅੱਜ ਕੱਲ ਦੀ ਗੱਲ ਕਰੇ ਰੋਜ਼ ਵੀ ਉੱਥੇ ਗਏ ਉੱਥੇ ਤੋਂ ਬਰਿਆਨੀ ਮਿਲਦੀ ਛੱਡੋ ਜੀ ਮਰੋ ਸਿਰ ਦਿੱਤੇ ਆ ਜੇ ਮਾਹੀ ਮਿਲ ਜਾਵੇ ਇਹ ਨੂੰ ਸੌਦਾ ਲੈਣਾ ਹੁੰਦਾ ਨਾ ਉਹ ਲੈਣਾ ਹੁੰਦਾ ਅੱਜ ਮੇਰਾ ਭੀਖਾ ਪ੍ਰਾਪਤ ਹੁੰਦਾ ਬੜੇ ਬਾਤ ਕਮਾਲ ਅੱਲਾ ਦੇ ਬਲੀ ਹੋਏ ਉਸ ਮੁਬਾਰਕ ਹੋਵੇ ਤੇ ਇੱਕ ਪਾਸੇ ਗਰੀਬ ਬੈਠੇ ਹੋਣ ਇੱਕ ਪਾਸੇ ਅਮੀਰ ਬੈਠੇ ਹੋਣ ਅਮੀਰਾਂ ਦੇ ਅੱਗੇ ਪਿਆਲੇ ਆ ਗਏ ਗੋਸ਼ਤਾਲੇ ਦੇ ਗਰੀਬਾਂ ਦੇ ਅੱਗੇ ਦਾਲ ਤੇ ਛੋਲਿਆਂ ਦੀ ਦਾਲ ਇੱਕ ਨਵਾਂ ਨਵਾਂ ਮੁਰੀਦ ਹੋਇਆ ਆਸ਼ਮੀ ਸਾਹਿਬ ਤੇ ਉਹਨੇ ਦਿਲ ਸੋਚਿਆ ਯਾਰ ਪੀਰ ਖਾਨ ਨੇ ਸਾਰੇ ਬਰਾਬਰ ਨੇ ਬਾਬੂ ਨੂੰ ਵੱਡਾ ਹੈ ਤੇ ਬਾਬੂ ਨੂੰ ਛੋਟਾ ਹੈ ਠੀਕ ਹੈ ਨਾ ਜੀ ਇੱਕ ਹੀ ਸਾਹਿਬ ਨੇ ਖੜੇ ਹੋ ਗਏ ਮਹਿਮੂਦ ਹੋ ਯਾਰ ਨਾ ਕੋਈ ਬੰਦਾ ਰਾਹ ਨਾ ਕੋਈ ਬੰਦਾ ਨਵਾਜ਼ ਤੇ ਇੱਥੇ ਦੇ ਵੀ ਹੋਣੇ ਚਾਹੀਦੇ ਨਾ ਇਹ ਤਾਂ ਨਹੀਂ ਵੀ ਜਿਹੜੇ ਅਮੀਰ ਨੇ ਇਹਨਾਂ ਦੇ ਕੋਲ ਕੋਈ ਚਾਰ ਕਿੱਲੇ ਨੇ ਜਾਂ ਗੁਆ ਵਸਣ ਆਇਆ ਉਹਨਾਂ ਕੇ ਗੋਸ਼ਤ ਦਾ ਪਿਆਲਾ ਹੈ ਤੇ ਅਸੀਂ ਗਰੀਬ ਹੈ ਸਾਡੇ ਕੇ ਦਾਲ ਦਾ ਪਿਆਲਾ ਇਹ ਨਾਲੇ ਲੰਗਰ ਖਾਵੇ ਪਿਆ ਨਾਲ ਦਿਲ ਚ ਸੋਚੀ ਜਾਵੇ ਜਿਹੜੇ ਫਾਰਗ ਹੋਏ ਨਾ ਤੇ ਆਪ ਨੂੰ ਬੁਲਾ ਲਿਆ ਹਜ਼ਰਤ ਮੀਰਾ ਮੀਰ ਸਾਹਿਬ ਗੱਲ ਸੁਣੇ ਬੇਲੀਆ ਬੋਲ ਰਹੇ ਜੀ ਹਜ਼ੂਰ ਨਾਗਰੀ ਫਰਮਾਇਆ ਗੋਸ਼ਤ ਦਾ ਪਿਆਲਾ ਵੀ ਇੱਕ ਲਾਇਆ ਤੇ ਦਾਲ ਦਾ ਪਿਆਲਾ ਵੀ ਲਾਇਆ ਨਾਗਰੀ ਗੋਸ਼ਤ ਦਾ ਪਿਆਲਾ ਵੀ ਲਾਇਆ ਤੇ ਦਾਲ ਦਾ ਪਿਆਲਾ ਵੀ ਲਾਇਆ ਆਪ ਨੇ ਵਿੱਚੋਂ ਇੱਕ ਬੋਟੀ ਚੁੱਕੀ ਤੇ ਮੁੱਠ ਚ ਲੈ ਕੇ ਇਹਨੀ ਚੋਲੀ ਨਾਲ ਤੁਹਾਡੇ ਸਕੂਨ ਜਾਰੀ ਹੋ ਗਿਆ ਤੇ ਛੋਲਿਆਂ ਦੀ ਦਾਲ ਵਿੱਚੋਂ ਨਹੀਂ ਫੜੀ ਤੇ ਕੋਈ ਚਾਰ ਦਾਣੇ ਛੋਲਿਆਂ ਦੇ ਆ ਗਿਆ ਤੇ ਮੁੱਠੀ ਜਾ ਉਹਨਾਂ ਨੂੰ ਜੋੜਿਆ ਤੇ ਦੁੱਧ ਜਾਰੀ ਹੋ ਗਿਆ ਫਿਰ ਮੈਂ ਗੋਸ਼ਤ ਖਾਣੇ ਦੀ ਦਾਲ ਖਾਣੀ ਛਾਪਰ ਫਰਕ ਉਹਨੇ ਆਖਿਆ ਵੇ ਅੱਜ ਹੀ
موسیٰ علیہ السلام کا زمانہ ہے، اے میرے آقا محمد عربی کا زمانہ ہے۔